हालांकि मनप्रीत बादल भाजपा च गए ने कि इस आ सारे जिहड़े हुण जो घटनाक्रम एकदम होया है तो की लगता है कि इस तो बाद बादल साहब का जाना तो इधरों दोनों बादल मतलब कट्ठे हो जाएंगे भरा की तुसीं महसूस करते हो कि कांग्रेस दे जो गए ने मनप्रीत बादल अपनी मर्जी दे गए जदों 2022 दे विच इलैक्शन लड़ी मनप्रीत बादल ने बठिंडे शहरी तो उत्थों अकाली दल ने अपना एक मिरख ना भुल के हिंदी जेंटलमैन तो खड़ा किया ते बादल साहब ने कहता जी असीं अपना मुंडा नहीं रहा लेना ते जदों मनप्रीत बादल ने इन्नी गल कही सीगी अज दास ते पाश स्वर्ग च कट्ठे बैठे होणगे मोढे दा मोढा जुड़ के ते गोडे दा गोडा जुड़ ਜਦੋਂ ਇੰਨੀ ਗੱਲ ਉਹਨੇ ਕਹੀ ਸੀ ਚੰਦੂ ਮਾਜਰੇ ਦਾ ਟਿੱਪਣੀ ਕੀਤੀ ਸੁੱਟ ਕੇ ਜਦੋਂ ਆਪਣੀ ਸਪੀਚ ਕਿਹਾ ਸੀਗਾ ਬੋਲ ਕੇ ਆ ਗਿਆ ਸੀ ਫਿਰ ਕਿਸੇ ਨੇ ਕਿਹਾ ਸੀਗਾ ਕਿ ਜੇ ਤੁਸੀਂ ਸਵਰਗ ਦੀ ਗੱਲ ਕਰਦੇ ਮੈਂ ਦੋਵੇਂ ਭਰਾ ਗੋਡੇ ਦਾ ਗੋਡਾ ਤੇ ਮੋਢੇ ਦਾ ਮੋਢਾ ਜੋੜ ਕੇ ਬੈਠੇ ਸਵਰਗ ਦੇ ਵਿੱਚ ਤੁਸੀਂ ਇੱਥੇ ਦੋਵੇਂ ਭਰਾ ਇਕੱਠੇ ਹੋ ਜਾਓ ਵੱਡਾ ਤੇ ਛੋਟਾ ਅਖੀਰ ਦੇ ਉੱਤੇ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਬੋਲਦੇ ਭਾਵਕ ਵੀ ਹੁੰਦੇ ਯਾਦ ਕਰਦੇ ਆਪਣੇ ਫਾਦਰ ਨੂੰ ਆਪਣੀ ਪਿਛਲੀਆਂ ਗੱਲਾਂ ਕਰਦੇ ਤੇ ਨਾਲ ਪੰਥਕ ਏਕਤਾ ਦੀ ਗੱਲ ਕਰਦੇ ਤੇ ਨਾਲ ਮਾਫੀ ਮੰਗਦੇ ਆ ਕਿ ਸਾਨੂੰ ਮਾਫੀ ਦਿੱਤੀ ਜਾਵੇ ਜੀ ਸਾਡੇ ਭੁੱਲਾਂ ਅਣਜਾਣੇ ਜਾਣੇ ਭੁੱਲਾਂ ਹੋਈਆਂ ਉਹ ਪੰਥ ਸਾਨੂੰ ਮਾਫ ਕਰ ਦੇ ਪੰਥ ਕਦੇ ਤਾਂ ਮਾਫੀ ਨਹੀਂ ਦਿੰਦਾ ਪੰਥ ਕੁਰਬਾਨੀ ਦੇਣ ਵੀ ਜਾਣਦਾ ਤੇ ਲੈਣ ਵੀ ਜਾਣਦਾ ਧਾਮੀ ਜੀ ਨੇ ਬੰਦੀ ਸਿੱਖਾਂ ਨੂੰ ਰਿਹਾਈ ਨੂੰ ਲੈ ਕੇ ਅਮਿਤ ਸ਼ਾਹ ਜੀ ਨੇ ਉਹ ਇੱਕ ਮੰਗ ਰੱਖੀ ਪੱਟੀ ਜੀ ਕਿਵੇਂ ਦੇਖਦੇ ਹੋ ਪਹਿਲੀ ਗੱਲ ਤੇ ਉੱਥੇ ਇਹੋ ਜਿਹੀ ਮੰਗ ਰੱਖਣ ਦਾ ਕੋਈ ਮੌਕਾ ਨਹੀਂ ਸੀ ਅਮਿਤ ਸ਼ਾਹ ਨੇ ਪ੍ਰਧਾਨ ਸਾਹਿਬ ਨੂੰ ਬੜੀ ਨੀਝ ਨਾਲ ਸੁਣਿਆ ਬੜੇ ਪ੍ਰੇਮ ਨਾਲ ਸੁਣਿਆ ਜਿਹੜੀ ਗੱਲ ਉਹਨਾਂ ਮੰਗ ਰੱਖੀ ਆ ਉਹਨਾਂ ਨੇ ਬਿਲਕੁਲ ਉਹਦਾ ਆਪਣੇ ਇੱਕ ਲਫ਼ਜ਼ ਵੀ ਆਪਣੀ ਸਪੀਚ ਦੇ ਵਿੱਚ ਜ਼ਿਕਰ ਤੱਕ ਨਹੀਂ ਕੀਤਾ ਕਿ ਜੇ ਪਾਰਟੀ ਦਾ ਫੈਸਲਾ ਹੁੰਦਾ ਤਾਂ ਸ਼ਾਇਦ ਪਹਿਲਾਂ ਉਹਨਾਂ ਦੇ ਨੋਟਸ ਉਹਨਾਂ ਦੇ ਪੀਏ ਰਹੀ ਉਹਨਾਂ ਦੇ ਕਿਸੇ ਇੱਥੋਂ ਦੇ ਲੀਡਰ ਦੇ ਨੋਟਸ ਲਿਆਉਂਦੇ ਵੀ ਆਹ ਅਸੀਂ ਮੰਗ ਰੱਖਾਂਗੇ ਅਤੇ ਫਿਰ ਆਪਣਾ ਤੁਸੀਂ ਪਹਿਲਾਂ ਵੀ ਪੱਕ ਰੱਖ ਲਿਓ ਲੇਕਿਨ ਅਚਨਚੇਤ ਰੱਖੀ ਅਮਿਤ ਸ਼ਾਹ ਹੋਰਾਂ ਕੋਈ ਹੁੰਗਾਰਾ ਨਹੀਂ ਦਿੱਤਾ ਕਿਉਂਕਿ ਉਹਨਾਂ ਦਾ ਨੇੜਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਦੀ ਲੀਡਰਸ਼ਿਪ ਨਾਲ ਉਹਦੀ ਕੋਈ ਬਹੁਤੀ ਨੇੜਤਾ ਨਹੀਂ ਅਤੇ ਨਾ ਉਹਨਾਂ ਕੋਈ ਸੰਕੇਤ ਦਿੱਤਾ ਹੀ ਹੈ ਅਤੇ ਮੇਰੇ ਵਰਗੇ ਪੱਤਰਕਾਰ ਬਹਿ ਜਾਂਦੇ ਆ ਜਿਹੜੇ ਵਿਊਜ਼ ਲੈਣ ਵਾਸਤੇ ਵੀ ਨਹੀਂ ਜੀ ਉਹ ਏਕਤਾ ਹੋ ਰਹੀ ਹੈ ਜੀ ਚਰਚਾ ਹੋ ਰਹੀ ਹੈ ਜੀ ਫਿਲਹਾਲ ਜੀ ਲੋ ਕੋਈ ਏਕਤਾ ਨਹੀਂ ਹੋ ਰਹੀ ਕੋਈ ਗੱਲ ਨਹੀਂ ਚੱਲ ਰਹੀ ਧਾਮੀ ਜੀ ਨੇ ਤਾਂ ਕਾਂਗਰਸ ਨੂੰ ਕਹਿ ਇਹ ਵੀ ਕਹਿ ਦਿੱਤਾ ਸੀ ਵੀ ਉਹਨਾਂ ਨੇ ਕਿਹਾ ਸੀ ਕਾਂਗਰਸ ਨਾਲ ਤਾਂ ਮੈਂ ਕਦੀ ਗਠਬੰਧਨ ਨਹੀਂ ਕਰਨਾ ਬਾਦਲ ਸਾਹਿਬ ਨੇ ਉਹਨੂੰ ਕਿਹਾ ਸੀ ਜੀ ਜੀ ਪਰ ਧਾਮੀ ਸਾਹਿਬ ਇੱਕ ਗੱਲ ਭੁੱਲ ਗਏ ਇਹ ਵੀ ਕਹਿ ਦਿੰਦੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛ ਲਓ ਬਾਦਲ ਸਾਹਿਬ ਪਹਿਲੀ ਇਲੈਕਸ਼ਨ ਤੁਸੀਂ ਕਾਂਗਰਸ ਦੇ ਸਿੰਬਲ 'ਤੇ ਲੜੀ ਸੀ ਕਾਂਗਰਸ ਨੂੰ ਲੜੀ ਸੀ ਤੁਸੀਂ ਜਦੋਂ ਤੁਹਾਡਾ ਅਕਾਲੀ ਦਲ ਮਰਜ ਹੋ ਗਿਆ ਸੀ ਇਹਦੇ ਵਿੱਚ ਕਾਂਗਰਸ ਦੇ ਵਿੱਚ ਸਤਿ ਸ਼੍ਰੀ ਅਕਾਲ ਮੈਂ ਹਾਂ ਸੁਰਿੰਦਰ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਣ ਦਾ ਵੇ ਜੀ ਹਾਂ ਅੱਜ ਨਜ਼ਰ ਬਾਦਲ ਪਿੰਡ ਵਾਲੇ ਪਾਸੇ ਰਹੇਗੀ ਕਿਉਂ ਕਿਉਂਕਿ ਅੱਜ ਸਵਰਗੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅੰਤਿਮ ਅਰਦਾਸ ਦਾ ਸਮਾਂ ਸੀ ਕਾਫੀ ਲੋਕ ਦੂਰੋਂ ਵੱਡੀ ਵੱਡੀਆਂ ਹਸਤੀਆਂ ਉੱਥੇ ਪਹੁੰਚੀਆਂ ਖਾਸ ਤੌਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉੱਥੇ ਪਹੁੰਚੇ ਅੱਜ ਉਸ ਭੋਗ ਨੂੰ ਲੈ ਕੇ ਹੀ ਉਸੇ ਦੀ ਚਰਚਾ ਰਹੇਗੀ ਕਿਉਂਕਿ ਬਹੁਤ ਕੁਝ ਭਾਵੁਕ ਕਰਨ ਵਾਲੇ ਪਲ ਵੀ ਸੀ ਮਨਪ੍ਰੀਤ ਬਾਦਲ ਨੂੰ ਬਹੁਤ ਸਾਰੇ ਆਗੂ ਕਹੇ ਕਿ ਮਨਪ੍ਰੀਤ ਬਾਦਲ ਕੀ ਮਨਪ੍ਰੀਤ ਬਾਦਲ ਦੀ ਵਾਪਸੀ ਹੋ ਜਾਏਗੀ ਕਿਉਂਕਿ ਸਟੇਜ ਤੋਂ ਇਹ ਕਿਹਾ ਗਿਆ ਕਿ ਨਹੀਂ ਇਕੱਠੇ ਹੋ ਜਾਣ ਭਰਾ ਇਸ 'ਤੇ ਚਰਚਾ ਰਹੇਗੀ ਅਤੇ ਉੱਧਰ ਧਾਮੀ ਜੀ ਦੇ ਭਾਸ਼ਣ 'ਤੇ ਖਾਸ ਤੌਰ 'ਤੇ ਚਰਚਾ ਰਹੇਗੀ ਕਿਉਂਕਿ ਉਹਨਾਂ ਨੇ ਬੰਦੀ ਸਿੱਖਾਂ ਦਾ ਫਿਰ ਇੱਕ ਵਾਰ ਅਮਿਤ ਸ਼ਾਹ ਜੀ ਦੇ ਸਾਹਮਣੇ ਦਰਖਾਸਤ ਕਰ ਦਿੱਤੀ ਉਸ 'ਤੇ ਚਰਚਾ ਕਰਾਂਗੇ ਆਓ ਮੇਰੇ ਨਾਲ ਮੌਜੂਦ ਰਹਿਣਗੇ ਇਸ 'ਤੇ ਚਰਚਾ ਕਰਨ ਲਈ ਜਸਵੀਰ ਸਿੰਘ ਪੱਟੀ ਜੀ ਸੀਨੀਅਰ ਪੱਤਰਕਾਰ ਸਤਿ ਸ਼੍ਰੀ ਅਕਾਲ ਪੱਟੀ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਜੀ ਅੱਜ ਭੋਗ ਸੀਗਾ ਬਾਦਲ ਪਿੰਡ ਵਾਕਈ ਬਹੁਤ ਵੱਡਾ ਇਕੱਠ ਸੰਗਤ ਬਹੁਤ ਸੀ ਅਤੇ ਨਾਲ ਹੀ ਬਹੁਤ ਵੱਡੀਆਂ ਸ਼ਖਸੀਅਤਾਂ ਵੀ ਪਹੁੰਚੀਆਂ ਉੱਥੇ ਅਮਿਤ ਸ਼ਾਹ ਜੀ ਵੀ ਪਹੁੰਚੇ
ਤੇ ਕਿਵੇਂ ਦੇਖਦੇ ਹੋ ਕਿ ਬੜੇ ਪਲ ਇਹੋ ਜਿਹੇ ਆਏ ਵਾਰ ਵਾਰ ਭਾਵੁਕ ਹੋਏ ਸੁਖਬੀਰ ਬਾਦਲ ਜੀ ਭਾਵੁਕ ਹੋ ਗਏ ਗੱਲ ਕਰਦੇ ਕਰਦੇ ਮਨਪ੍ਰੀਤ ਬਾਦਲ ਬੜੇ ਭਾਵੁਕ ਹੋਏ ਤੇ ਕਿਤੇ ਨਾ ਕਿਤੇ ਇਹ ਲੱਗਣ ਲੱਗਿਆ ਵੀ ਕਿਉਂਕਿ ਵਾਰ ਵਾਰ ਇਹ ਕਿਹਾ ਗਿਆ ਸਰਨਾ ਜੀ ਨੇ ਕਹਿਤਾ ਵੀ ਇਕੱਠੇ ਹੋ ਜਾਣ ਭਰਾ ਕਿਉਂਕਿ ਬਾਦਲ ਸਾਹਿਬ ਇਹ ਚਾਹੁੰਦੇ ਸੀ ਕੀ ਲੱਗਦਾ ਕਿ ਹੁਣੇ ਹੁਣੇ ਹਾਲਾਂਕਿ ਮਨਪ੍ਰੀਤ ਬਾਦਲ ਭਾਜਪਾ 'ਚ ਗਏ ਨੇ ਕਿ ਇਸ ਆ ਸਾਰੇ ਜਿਹੜੇ ਹੁਣ ਜੋ ਘਟਨਾਕ੍ਰਮ ਇੱਕਦਮ ਹੋਇਆ ਤਾਂ ਕੀ ਲੱਗਦਾ ਕਿ ਇਸ ਤੋਂ ਬਾਅਦ ਬਾਦਲ ਸਾਹਿਬ ਦਾ ਜਾਣਾ ਤੇ ਇਧਰੋਂ ਦੋਨੋਂ ਬਾਦਲ ਮਤਲਬ ਇਕੱਠੇ ਹੋ ਜਾਣਗੇ ਭਰਾ ਕੀ ਤੁਸੀਂ ਮਹਿਸੂਸ ਕਰਦੇ ਹੋ ਵੀ ਕਾਂਗਰਸ ਦੇ ਵਿੱਚ ਜਦੋਂ ਗਏ ਨੇ ਮਨਪ੍ਰੀਤ ਬਾਦਲ ਉਹ ਆਪਣੀ ਮਰਜ਼ੀ ਨਾਲ ਗਏ ਨੇ ਜਦੋਂ 2022 ਦੇ ਵਿੱਚ ਇਲੈਕਸ਼ਨ ਲੜੀ ਮਨਪ੍ਰੀਤ ਬਾਦਲ ਨੇ ਬਠਿੰਡੇ ਸ਼ਹਿਰੀ ਤੋਂ ਤੇ ਉੱਥੋਂ ਅਕਾਲੀ ਦਲ ਨੇ ਆਪਣਾ ਇੱਕ ਮੇਰੇ ਖਿਆਲ ਨਾ ਭੁੱਲ ਕੇ ਹਿੰਦੂ ਜੈਂਟਲਮੈਨ ਦਾ ਖੜਾ ਕੀਤਾ ਸੀ ਤੇ ਬਾਦਲ ਸਾਹਿਬ ਨੇ ਕਹਿਤਾ ਜੀ ਅਸੀਂ ਆਪਣਾ ਮੁੰਡਾ ਨਹੀਂ ਰਾਹ ਲੈਣਾ ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਉਹਨੇ ਫਿਰ ਕਹਿਤਾ ਜੀ ਫਿਰ ਮੈਨੂੰ ਕਾਹਨੂੰ ਖੜਾ ਕਰਨਾ ਸੀ ਮੈਂ ਤੁਹਾਡਾ ਉਮੀਦਵਾਰ ਤਾਂ ਮੇਰਾ ਹੀ ਹੈਗਾ ਹੀ ਨਹੀਂ ਅੱਜ ਕੱਲ੍ਹ ਉਹ ਵੀ ਬੀਜੇਪੀ ਚਲੇ ਗਏ ਨੇ ਬਿਲਕੁਲ ਸਿੰਗਲਾ ਜੀ ਦੀ ਗੱਲ ਕਰ ਰਹੇ ਹੋ ਸਿੰਗਲਾ ਜੀ ਦੀ ਗੱਲ ਕਰ ਰਿਹਾ ਮੈਂ ਤੇ ਜੇ ਇੱਥੋਂ ਤੱਕ ਗੱਲ ਸੀ ਫਿਰ ਆਪਾਂ ਕਿਵੇਂ ਕਹਿ ਸਕਦੇ ਵੀ ਬਾਦਲ ਸਾਹਿਬ ਨੇ ਪੁੱਛਿਆ ਤੂੰ ਕਹਿ ਰਹੇ ਹੋ ਕਾਂਗਰਸ 'ਚ ਗਿਆ ਸੀਗਾ ਇਹ ਕਈ ਗੱਲਾਂ ਨੇ ਅੱਜ ਵੀ ਇਹ ਉਹਨਾਂ ਦਾ ਪਰਿਵਾਰਕ ਮਾਮਲਾ ਵਾ ਉੱਥੇ ਹੀ ਰਹਿਣਾ ਵਾ ਉਹਨਾਂ ਉੱਥੇ ਹੀ ਖਾਣਾ ਵਾ ਉੱਥੇ ਹੀ ਪੀਣਾ ਵਾ ਸਰਨਾ ਸਾਹਿਬ ਨੇ ਇੰਨੀ ਗੱਲ ਕਹੀ ਵੀ ਭਾਈ ਇਕੱਠੇ ਹੋ ਜਾਓ ਇੱਕ ਮੰਚ ਤੇ ਦੋਵੇਂ ਭਰਾ ਇਕੱਠੇ ਹੋ ਜਾਓ ਤੇ ਜਦੋਂ ਮਨਪ੍ਰੀਤ ਬਾਦਲ ਨੇ ਇੰਨੀ ਗੱਲ ਕਹੀ ਸੀਗੀ ਅੱਜ ਦਾਸ ਤੇ ਪਾਸ਼ ਸਵਰਗ 'ਚ ਇਕੱਠੇ ਬੈਠੇ ਹੋਣਗੇ ਮੋਢੇ ਦਾ ਮੋਢਾ ਜੋੜ ਕੇ ਤੇ ਗੋਡੇ ਦਾ ਗੋਡਾ ਜੋੜ ਕੇ ਉਹਨੇ ਪਾਸ਼ ਨਹੀਂ ਕਿਹਾ ਪ੍ਰਕਾਸ਼ ਸਿੰਘ ਬਾਦਲ ਕਿਹਾ ਪ੍ਰਕਾਸ਼ ਸਿੰਘ ਬਾਦਲ ਨੇ ਦਾਸ ਕਿਹਾ ਉਹਨਾਂ ਨੇ ਪਰ ਮੈਂ ਪਾਸ਼ ਦਾਸ ਕਹਿ ਰਿਹਾ ਜਦੋਂ ਇੰਨੀ ਗੱਲ ਉਹਨੇ ਕਹੀ ਸੀ ਚੰਦੂ ਮਾਜਰੇ ਤਾਂ ਟਿੱਪਣੀ ਕੀਤੀ ਸੀ ਉੱਠ ਕੇ ਜਦੋਂ ਆਪਣੀ ਸਪੀਚ 'ਚ ਕਿਹਾ ਸੀਗਾ ਬੋਲ ਕੇ ਆ ਗਿਆ ਸੀ ਉਹਨੂੰ ਫਿਰ ਕਿਸੇ ਨੇ ਕਿਹਾ ਸੀਗਾ ਵੀ ਭਾਈ ਤੁਸੀਂ ਬੋਲ ਕੇ ਆਓ ਸਟੇਜ ਤੋਂ ਵੀ ਜੇ ਤੁਸੀਂ ਸਵਰਗ ਦੀ ਗੱਲ ਕਰਦੇ ਹੋ ਮੈਂ ਦੋਵੇਂ ਭਰਾ ਗੋਡੇ ਦਾ ਗੋਡਾ ਤੇ ਮੋਢੇ ਦਾ ਮੋਢਾ ਜੋੜ ਕੇ ਬੈਠੇ ਸਵਰਗ ਦੇ ਵਿੱਚ ਤੁਸੀਂ ਇੱਥੇ ਦੋਵੇਂ ਭਰਾ ਇਕੱਠੇ ਹੋ ਜਾਓ ਵੱਡਾ ਤੇ ਛੋਟਾ ਮਨਪ੍ਰੀਤ ਬਾਦਲ ਨੇ ਆਪਣੀ ਸਪੀਚ ਬਕਾਇਦਾ ਤੌਰ ਤੇ ਵੱਡਾ ਭਰਾ ਕਿਹਾ ਉਹਨੂੰ ਵੱਡਾ ਭਰਾ ਕਿਹਾ ਤੇ ਨਾਲ ਬਾਬਾ ਬੋਹੜ ਦੱਸਿਆ ਸਿਆਸਤ ਦੇ ਬਾਬਾ ਬੋਹੜ ਸਨ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਰ ਮੈਨੂੰ ਇੱਕ ਗੱਲ ਦਾ ਅਫਸੋਸ ਆ ਜਿਸ ਦਿਨ ਪ੍ਰਧਾਨ ਮੰਤਰੀ ਸਾਹਿਬ ਚੰਡੀਗੜ੍ਹ ਆਉਂਦੇ ਨੇ ਤੇ ਉਹ ਬਾਦਲ ਸਾਹਿਬ ਨੂੰ ਰਾਸ਼ਟਰਵਾਦੀ ਦੱਸਦੇ ਨੇ ਰਾਸ਼ਟਰਵਾਦੀ ਨੇਤਾ ਸੀਗਾ ਅੱਜ ਅਮਿਤ ਸ਼ਾਹ ਕਹਿੰਦੇ ਜੀ ਉਹ ਦੇਸ਼ ਭਗਤ ਸਨ ਕਿਸੇ ਵੀ ਆਗੂ ਨੇ ਉਹਨਾਂ ਨੂੰ ਪੰਥਕ ਆਗੂ ਨਹੀਂ ਕਿਹਾ ਅਮਿਤ ਸ਼ਾਹ ਨੂੰ ਵੀ ਕਹਿਣਾ ਚਾਹੀਦਾ ਸੀਗਾ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਹੀਂ ਕਿਹਾ ਉਹਨਾਂ ਕਿਉਂ ਨਹੀਂ ਕਿਹਾ ਉਹਨਾਂ ਦੀ ਸੋਚ ਕੀ ਉਹ ਜਾਣਨ ਦੂਸਰੀ ਚੀਜ਼ ਜਿਸ ਤਰੀਕੇ ਦਾ ਉੱਥੇ ਮਾਹੌਲ ਸੀਗਾ ਅਖੀਰ ਦੇ ਉੱਤੇ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਬੋਲਦੇ ਭਾਵਕ ਵੀ ਹੁੰਦੇ ਯਾਦ ਕਰਦੇ ਆਪਣੇ ਫਾਦਰ ਨੂੰ ਆਪਣੀ ਪਿਛਲੀਆਂ ਗੱਲਾਂ ਕਰਦੇ ਤੇ ਨਾਲ ਪੰਥਕ ਏਕਤਾ ਦੀ ਗੱਲ ਕਰਦੇ ਨੇ ਤੇ ਨਾਲ ਮਾਫ਼ੀ ਮੰਗਦੇ ਆ ਕਿ ਸਾਨੂੰ ਮਾਫ਼ੀ ਦਿੱਤੀ ਜਾਵੇ ਜੀ ਸਾਡੇ ਨੂੰ ਭੁੱਲ ਅਣਜਾਣੇ ਅਣਜਾਣੇ 'ਚ ਭੁੱਲਾਂ ਹੋਈਆਂ ਉਹ ਪੰਥ ਸਾਨੂੰ ਮਾਫ਼ ਕਰ ਦੇਵੇ ਪਰ ਸਰਦਾਰ ਸਰਦਾਰ ਸੁਰਿੰਦਰ ਸਿੰਘ ਜੀ ਮੈਂ ਇਹ ਗੱਲ ਦੱਸਦਿਆਂ ਪੰਥ ਕਦੇ ਤਾਂ ਮਾਫ਼ੀ ਨਹੀਂ ਦਿੰਦਾ ਪੰਥ ਕੁਰਬਾਨੀ ਦੇਣ ਵੀ ਜਾਣਦਾ ਤੇ ਲੈਣ ਵੀ ਜਾਣਦਾ ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਜਹਿਦਰ ਅਕਾਲ ਤਖ਼ਤ ਨੇ ਆਰ ਐਸ ਦੇ ਖਿਲਾਫ਼ ਬਿਆਨ ਦਿੱਤਾ ਸੀਗਾ ਕਿ ਆਰ ਐਸ ਸਿੱਖਾਂ ਨੂੰ ਇੰਨੀ ਕਮਜ਼ੋਰ ਨਾ ਸਮਝੀ ਸਿੱਖ ਸਿਰ ਦੇਣਾ ਵੀ ਜਾਣਦੇ ਤੇ ਸਿੱਖ ਸਿਰ ਲੈਣਾ ਵੀ ਜਾਣਦੇ ਸੁਖਬੀਰ ਸਿੰਘ ਬਾਦਲ ਉਹਨਾਂ ਮਾਫ਼ੀ ਮੰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਅਕਾਲ ਤਖ਼ਤ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਦੇ ਗੁਰਦੁਆਰੇ ਖਿਮਾ ਜਾਚਣਾ ਦੀ ਅਰਦਾਸ ਕਰਾਈ ਅਖੰਡ ਪਾਠ ਕਰਾ ਕੇ ਪੱਤਰਕਾਰ ਨਾਲ ਕਰਦੇ ਗੱਲ ਕਰਦੇ ਮਾਫ਼ੀ ਤਾਂ ਉਦੋਂ ਵੀ ਮੰਗੀ ਸੀ ਕਿ ਦਿੱਤੀ ਪੰਥ ਨੇ ਮਾਫ਼ੀ ਬਿਲਕੁਲ ਨਹੀਂ ਦਿੱਤੀ ਇੱਥੋਂ ਤੱਕ ਕਿਹਾ ਸੀ ਕਿ ਪੱਤਰਕਾਰਾਂ ਸਾਡੇ ਤੱਕ ਉਡੀਕੀ ਸੀ ਉਹ ਵੀ ਮਾਫ਼ੀ ਮੰਗਦੇ ਆ ਮਾਫ਼ੀ ਨਹੀਂ ਮਿਲੀ ਇਸ ਕਰਕੇ ਪੰਥ ਜਿਹੜਾ ਉਹ ਮਾਫ਼ੀ 'ਚ ਘੱਟ ਯਕੀਨ ਰੱਖਦਾ ਵਾ ਕੁਰਬਾਨੀਆਂ 'ਚ ਜ਼ਿਆਦਾ ਯਕੀਨ ਰੱਖਦਾ ਵਾ ਹੁਣ ਸੁਖਬੀਰ ਸਿੰਘ ਬਾਦਲ ਨੇ ਦੇ ਕਹਿ ਤਾਂ ਸਾਨੂੰ ਮਾਫ਼ੀ ਦੇ ਦਿਓ
ਤੇ ਵੇਖੋ ਹੁਣ ਆਉਣ ਵਾਲਾ ਸਮਾਂ ਦੱਸਦਾ ਮਾਫੀ ਮਿਲਦੀ ਆ ਕਿ ਨਹੀਂ ਮਿਲਦੀ ਜੀ ਜੀ ਬਿਲਕੁਲ ਤੁਸੀਂ ਜ਼ਿਕਰ ਕੀਤਾ ਚੰਦੂ ਮਾਜਰਾ ਜੀ ਦਾ ਤੇ ਆਓ ਤੁਹਾਨੂੰ ਸੁਣਾ ਵੀ ਦਿੰਦੇ ਆ ਕਿ ਚੰਦੂ ਮਾਜਰਾ ਜੀ ਨੇ ਕੀ ਬੋਲਿਆ ਤੇ ਉਧਰੋਂ ਧਾਮੀ ਜੀ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਵੇਂ ਅਮਿਤ ਸ਼ਾਹ ਜੀ ਦੇ ਅੱਗੇ ਬੰਦੀ ਸਿੱਖਾਂ ਲੈ ਕੇ ਮੰਗ ਰੱਖ ਦਿੱਤੀ ਆਓ ਸੁਣ ਲੈਣੇ ਇੱਕ ਦੋ ਨਿਮਰਤਾ ਸਹਿਤ ਬੇਨਤੀਆਂ ਕਰਨੀਆਂ ਚਾਹੁੰਦਾ ਇੱਕ ਸਮਾਗਮ ਸੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਮ੍ਰਿਤਸਰ ਵਿਖੇ ਮੇਰੇ ਕੋਲ ਡੇਢ ਘੰਟਾ ਲਗਾਤਾਰ ਬੈਠੇ ਰਹੇ ਇਕੱਲੇ ਅਤੇ ਮੈਂ ਉਹਨਾਂ ਨਾਲ ਬਹੁਤ ਵਿਚਾਰ ਸਾਂਝੇ ਕੀਤੇ ਉਹਨੇ ਮੇਰੇ ਨਾਲ ਵੀ ਬਹੁਤ ਵਿਚਾਰ ਸਾਂਝੇ ਕੀਤੇ ਜਿਹੜੇ ਅੱਜ ਸਾਨੂੰ ਸੋਚਣ ਦੀ ਲੋੜ ਆ ਸਭ ਤੋਂ ਪਹਿਲਾਂ ਉਹਨਾਂ ਦਾ ਸੀ ਕਿ ਮੈਂ ਤਾਂ ਜ਼ਿੰਦਗੀ ਵਿੱਚ ਕਦੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕੀਤਾ ਮੈਂ ਕਾਂਗਰਸ ਦੇ ਹਮੇਸ਼ਾ ਹੀ ਖਿਲਾਫ ਰਿਹਾ ਇਸ ਕਰਕੇ ਖਿਲਾਫ ਨਹੀਂ ਰਿਹਾ ਕਿ ਮੈਨੂੰ ਕੋਈ ਜਾਤੀ ਸੀ ਸਿਰਫ ਜਮਾਤੀ ਤੌਰ 'ਤੇ ਕਿਉਂਕਿ ਪੰਥ ਦੇ ਉੱਤੇ ਵੱਡੇ ਹਮਲੇ ਹੁੰਦੇ ਰਹੇ ਮੈਂ ਕਾਂਗਰਸ ਦੇ ਨਾਲ ਹਮੇਸ਼ਾ ਹੀ ਭਿੜਦਾ ਰਿਹਾ ਔਰ ਉਹੋ ਹੀ ਉਹਨੇ ਅੰਤ ਤੱਕ ਆਪਣੇ ਜੀਵਨ ਦਾ ਇੱਕ ਵੱਡਾ ਸਿਧਾਂਤ ਰਚਿਤ ਕੀਤਾ ਦੂਸਰਾ ਜਿਹੜਾ ਸਾਡੇ ਵਿੱਚ ਅੱਜ ਅਲੋਪ ਹੋ ਗਿਆ ਉਹ ਸਿਧਾਂਤ ਸੀ ਨਿਮਰਤਾ ਦਾ ਸਿਧਾਂਤ ਕਿ ਠੰਡੇ ਤੋਂ ਠੰਡਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਵਰਕਰ ਆ ਗਿਆ ਕਾਕਾ ਜੀ ਸਰਦਾਰ ਜੀ ਅਤੇ ਸਰਦਾਰ ਸਾਹਿਬ ਕਹਿ ਕੇ ਮੁਖਾਤਬ ਹੋਣਾ ਕਦੇ ਉਹਨਾਂ ਨੂੰ ਗੁੱਸੇ 'ਚ ਨਹੀਂ ਸੀ ਤੁਸੀਂ ਦੇਖਿਆ ਇਹੀਓ ਵੱਡਾ ਕਾਰਨ ਸੀ ਕਿ ਠਰੰਮੇ ਦੇ ਨਾਲ ਅੱਜ ਸਾਰਾ ਮੁਲਕ ਉਹਨਾਂ ਦੀ ਵਿਦਾਇਗੀ ਨੂੰ ਜਿਹੜਾ ਉਹਦਾ ਅਹਿਸਾਸ ਕਰ ਰਿਹਾ ਮੈਂ ਇੱਕ ਹੱਡ ਬੀਤੀ ਹੁਸ਼ਿਆਰਪੁਰ ਦੀ ਦੱਸਣੀ ਚਾਹੁੰਦਾ ਸ਼ਾਇਦ ਸਾਡੇ ਕੰਮ ਆ ਜਾਏ ਸਾਡੇ ਉੱਥੇ ਲੀਡਰ ਸਾਹਿਬਾਨ ਇਕੱਤਰ ਹੋ ਕੇ ਸੀ ਐੱਮ ਰੈਜੀਡੈਂਸ 'ਤੇ ਆਏ ਅਤੇ ਜਿਸਲੇ ਆਏ ਉੱਥੇ ਕੁਛ ਤੱਤੀਆਂ ਫਿੱਕੀਆਂ ਗੱਲਾਂ ਹੋਈਆਂ ਉਹ ਕਹਿੰਦੇ ਯਾਰੋ ਮੇਰੀ ਗੱਲ ਸੁਣੋ 92 ਟ੍ਰੈਫਿਕ ਚਲਾਇਆ ਕਰੋ ਕੋਈ ਐਕਸੀਡੈਂਟ ਨਹੀਂ ਹੁੰਦਾ ਅਸੀਂ ਸਾਰੇ ਹੈਰਾਨ ਹੋ ਗਏ ਵੀ 92 ਐਕਸੀਡੈਂਟ ਕਿਹੜਾ ਹੋਇਆ ਫਿਰ ਅਸੀਂ ਕਿਹਾ ਜੀ ਹੁਣ ਦੱਸ ਵੀ ਦਿਓ ਕਹਿੰਦੇ 2-way ਟ੍ਰੈਫਿਕ ਜਿਲ੍ਹੇ ਚਲਾਉਂਦੇ ਹਾਂ ਉਸਲੇ ਕਲੂਜਨ ਹੁੰਦਾ ਇੱਥੋਂ ਜਿਹੜੀ ਗੱਲ ਸੁਣੋ ਇੱਥੇ ਲੈ ਜਾਓ ਇੱਥੋਂ ਇੱਥੇ ਲਿਆਓਗੇ ਤਾਂ ਫਿਰ ਨੁਕਸਾਨ ਹੋਊਗਾ ਅਸੀਂ ਮਿੰਟਾਂ 'ਚੋਂ ਗੱਲ ਸਮਝ ਗਏ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤਿਨ੍ਹਾਂ ਦਾ ਹਿਰਦਾ ਕਿੱਡਾ ਵੱਡਾ ਸੀ ਜਿਹੜੇ ਸਮੁੰਦਰ ਨੂੰ ਸਮੋ ਕੇ ਬੈਠੇ ਸੀ ਛੋਟੇ ਤੋਂ ਛੋਟੇ ਵਰਕਰ ਨਾਲ ਮੋਹ ਅਤੇ ਵੱਡੇ ਤੋਂ ਵੱਡੇ ਦੇ ਨਾਲ ਪਿਆਰ ਵੰਡਦੇ ਰਹੇ ਮੈਂ ਥੋੜ੍ਹਾ ਸਮਾਂ ਤਾਂ ਪਹਿਲਾਂ ਲੈ ਲਿਆ ਭਾਵੇਂ ਅੱਜ ਦਾ ਇਹ ਵਿਸ਼ਾ ਨਹੀਂ ਪਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਚੇਤੇ ਕਰੋ ਜਿਹੜੇ ਉਹਨਾਂ ਦੇ ਹਾਮੀ ਆ 1997 ਦੇ ਵਿੱਚ ਸ਼ਾਇਦ ਉਦੋਂ ਬੜਾ ਅਕਾਲੀ ਦਲ ਦਾ ਜ਼ੋਰ ਸੀ ਪਰ ਇਕੱਲੇ ਬਾਦਲ ਸਾਹਿਬ ਸੀ ਜਿਨ੍ਹਾਂ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਰੱਖਣਾ ਔਰ ਇੱਥੇ ਆਪਾਂ 1997 ਤੋਂ ਲੈ ਕੇ 2002 ਤੱਕ ਸਰਕਾਰ ਚਲਾਈ ਔਰ ਉਹਨਾਂ ਦੀ ਇਹ ਇੱਛਾ ਸੀ ਮੈਂ ਕਿਉਂਕਿ ਸਤਿਕਾਰਯੋਗ ਹੋਮ ਮਿਨਿਸਟਰ ਇੰਡੀਆ ਦੇ ਸ਼੍ਰੀ ਅੰਮ੍ਰਿਤ ਸ਼ਾਹ ਜੀ ਬੈਠੇ ਆ ਸੁਭਾਗਾ ਸਮਾਂ ਕਈ ਵਾਰੀ ਮਿਲਦਾ ਕਈ ਵਾਰੀ ਨਹੀਂ ਮਿਲਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਇਹ ਇੱਛਾ ਸੀ ਕਿ ਮੇਰੇ ਜਿਉਂਦੇ ਜੀ ਆਹ ਜਿਹੜੇ ਬੰਦੀ ਸਿੰਘ ਸਾਡੇ ਬੈਠੇ ਆ 1984 ਤੋਂ ਬਾਅਦ ਵਾਲੇ ਉਹਨਾਂ ਦੀ ਜ਼ਰੂਰ ਰਿਹਾਈ ਦਾ ਰਾਸਤਾ ਪੱਧਰਾ ਕੀਤਾ ਤੁਸੀਂ ਯਕੀਨ ਕਰਿਓ ਇੰਨਾ ਅਸਰ ਸੀ ਜਦੋਂ ਬਾਦਲ ਸਾਹਿਬ ਦੀ ਖਬਰ ਸੁਣੀ ਮੇਰਾ ਖਿਆਲ ਆ ਅੱਧਾ ਘੰਟਾ ਮੇਰੇ ਅੱਖਾਂ 'ਚ ਤਾਂ ਨਹੀਂ ਅੱਥਰੂ ਆਏ ਮੇਰੀ ਵਾਈਫ ਦੇ ਅੱਖਾਂ ਵਿੱਚੋਂ ਅੱਥਰੂ ਆਈ ਜਾਣ ਔਰ ਉਹ ਗੱਲ ਭੁੱਲੀ ਨਹੀਂ ਉਹਨਾਂ ਦੇ ਮਤਲਬ ਕਿਸੇ ਬੰਦੇ ਦੀ ਇਨਸਾਨ ਦੀ ਕਹੀ ਗੱਲ ਦਾ ਕਿੰਨਾ ਅਸਰ ਹੁੰਦਾ ਲੋਕਾਂ 'ਤੇ ਮੈਂ ਗੱਲ ਤਾਂ ਕਰਨ ਲੱਗਿਆ ਕਿ ਸਰਦਾਰ ਬਾਦਲ ਨਾਲ ਆਲ ਸੈਕਸ਼ਨ ਸੁਸਾਇਟੀ ਦੇ ਸਮਾਜ ਦੇ ਵਰਗ ਹਰ ਵਰਗ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੁਨੀਆਂ ਦੇ ਵਿੱਚ ਇੱਕ ਧਰਮ ਨਿਰਪੱਖ ਖਾਲਸਾ ਰਾਜ ਦੇ ਤੌਰ 'ਤੇ ਜਾਣਿਆ ਜਾਂਦਾ ਪਰ ਉਹਨਾਂ ਤੋਂ ਬਾਅਦ ਜੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਔਰ ਹਿੰਮਤ ਔਰ ਸੋਚ ਜੇ ਕਿਸੇ ਵਿਅਕਤੀ ਵਿੱਚ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਿੱਚ ਸੀ ਮੈਂ ਬਹੁਤਾ ਕੁਛ ਨਾ ਕਹਿੰਦਾ ਹੋਇਆ ਇੱਕ ਗੱਲ ਮੈਂ ਆਖਰੀ ਕਹਿਣਾ ਚਾਹਾਂਗਾ ਕਿ ਸਾਹਿਬ ਬਾਦਲ ਨੇ ਸਾਡੇ ਅੱਗੇ ਪ੍ਰੈਸ ਵਾਲੇ ਪੁੱਛਦੇ ਸੀ ਕਿ ਸਾਹਿਬ ਸੁਖਬੀਰ ਸਿੰਘ ਬਾਦਲ ਅੱਗੇ ਕੀ ਚੁਣੌਤੀਆਂ ਨੇ ਮੈਂ ਚੁਣੌਤੀਆਂ ਤਾਂ ਹੁੰਦੀਆਂ ਹੀ ਨੇ ਜਦੋਂ ਲੀਡਰੀ ਕਰਨੀ ਆ ਪਰ ਇੱਕ ਗੱਲ ਸਾਹਿਬ ਸੁਖਬੀਰ ਸਿੰਘ ਬਾਦਲ ਅੱਗੇ ਵੱਡੀ ਚੁਣੌਤੀ ਆ ਉਹ ਚੁਣੌਤੀ ਹੈ ਕਿ ਉਹ ਪੰਜਾਬੀਅਤ ਜਿਹੜੇ ਲੋਕ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਲਾਮਬੰਦ ਕਰਨ ਦੀ ਲੋੜ ਆ ਉਹਨਾਂ ਲੋਕਾਂ ਨੂੰ ਅੱਜ ਇਕੱਠੇ ਕਰਨ ਦੀ ਲੋੜ ਆ ਕਾਮਰੇਡ ਸੇਖੋਂ ਸਾਹਿਬ ਨੇ ਆਰਸੀ ਸਾਹਿਬ ਨੇ ਸੰਕੇਤ ਦਿੱਤਾ ਕਿ ਅੱਜ ਪੰਜਾਬ ਉਸ ਕਿਸਮ ਦਾ ਬਣੇ ਜਦੋਂ ਧਰਮ ਯੁੱਧ ਮੋਰਚੇ ਵੇਲੇ ਕਪੂਰੀ ਦੇ ਮੋਰਚੇ ਵੇਲੇ ਅਸੀਂ ਪੰਜਾਬ ਦੇ ਪਾਣੀਆਂ ਲਈ ਮੋਰਚਾ ਲਾਇਆ ਅਸੀਂ ਰਾਜਨੀਤਿਕ ਤੌਰ 'ਤੇ ਅੱਡ ਅੱਡ ਸੀ ਪਰ ਪੰਜਾਬ ਦੇ ਹੱਕਾਂ ਲਈ ਸਾਰੇ ਰਾਜਨੀਤਿਕ ਬਖਰੇਵੇਂ ਭੁਲਾ ਕੇ ਇੱਕ ਫਰੰਟ ਬਣਾ ਕੇ ਚੱਲੇ ਸੀ ਅੱਜ ਪੰਜਾਬ ਨੂੰ ਜਿਵੇਂ
किसी ने गीत गाया अज लग गई नज़र पंजाब नूं कोई मिर्चा छिड़के वो तो यह गीत आ पर अज मैं कह सकदा मिर्चा छिड़कण नाल नहीं पंजाबियों नूं इकट्ठा करन दी लोड़ है पंजाब नूं लामबंद करन दी लोड़ है अज पंजाब ते पंजाबियों नूं सत्ता च लियाउण दी लोड़ है अज पंजाब जिस तरह भय भीत होया अज पंजाब जिस तरह सहम विचों लंघ रहा अज पंजाब नूं जिस तरह डराउणे बना के भैण बना के दरिंदे बना के दुनिया के अगे गुरु कलगीधर पातशाह के सरूप नूं पेश करन दे यतन हो रहे ने ये सारिया गल्लां नूं खत्म कर लई पंजाबियों के एके की अज बहुत वड्डी लोड़ है और मैं समझदा कि सर सुखबीर सिंह बादल जिन्हां नूं बतौर उस पार्टी के प्रधान बनने का मौका मिलिया जिदी लम्मा समा साहब बादल ने प्रधानगी की और मैं समझदा श्रोमणी अकाली दल की उस विरासत को लैके उस सोच को लैके अज वाली चुनौतियों के हाण का होने का यतन करे साड़ी पार्टी के सारू आगू साहबान कोशिश करे कि असी अपने उस पंजाब उस तरह लैके जाइए जिस तरह बिल्कुल तुम देखा किमें धामी जी ने बंदी सिखां रिहाई नूं लैके अमित शाह जी अगे वो एक मंग रख दी पट्टी जी किवें देखते हो पहली गल तो उत्थे एहो जी मंग रखण दा कोई मौका नहीं सीगा दूसरी सी साढ़े प्रधान साहब इन्ने क बहादुर ने इन्नी क पछाण आ जदों वो बोलन वास्ते स्टेज वल वधे सीगे ते उहनां नूं सिक्योरिटी वाला रोक दिता सीगा बिल्कुल स्टेज तो चीमा साहब नूं कहिया भी श्रोमणी कमेटी के प्रधान इहनां संबोधन करना इहनां नूं अगे आउण दिता जावे जथेदार गुरचरण सिंह टौड़ा अमृतसर आते एस एस पी डीसी मिलने वास्ते टाइम मंगते सी ना पीए को टाइम दे पुछो प्रधान साहब उदों अवेलेबल हैगे आ भावे सरकार होवे ते भावे ना होवे ते आ साडी एक कमजोरी दीआं गल्लां दूसरी चीज अमित शाह ने प्रधान साहब नूं बड़ी नीच नाल सुणिआ बड़े प्रेम नाल सुणिआ जिहड़ी गल उन्हां मंग रखी आ उन्हां ने बिलकुल उहदा अपने एक लफ्ज भी अपनी स्पीच दे विच जिक्र तक नहीं कीता अमित शाह ने बिलकुल स्पीच उहदे दो चार पांच मिनट की बोली नहीं हैगी उहदे विच एक भी जिक्र नहीं किया ओम बिरला साडे स्पीकर जी उन्हां नूं जिक्र नहीं किया ते मैनूं अफसोस हुंदा कहिण लगे इत्थे कहिणा नहीं चाहिदा अज माहौल कुदर हो रहा 2007 ਦੇ ਵਿੱਚ ਮਾਰਚ ਸਰਕਾਰ ਬਣਦੀ ਹੈ ਸਾਡੀ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਬਣਦੀ ਹੈ ਤੇ ਜਥੇਦਾਰ ਹੁੰਦੇ ਆ ਸਾਡੇ ਗਿਆਨੀ ਜੁਗਿੰਦਰ ਸਿੰਘ ਵਿਦਾਂਦੀ ਤੇ ਜਲੰਧਰ ਦੇ ਵਿੱਚ ਕਿਸੇ ਇਹ ਜ਼ਿਲ੍ਹਾ ਜਥੇਦਾਰ ਦੇ ਘਰ ਇਕੱਠੇ ਹੁੰਦੇ ਨੇ ਉੱਥੇ ਵਿਦਾਂਤੀ ਸਾਹਿਬ ਇਹ ਗੱਲ ਕਹਿੰਦੇ ਇਹਨਾਂ ਨੂੰ ਵੀ ਬਾਦਲ ਸਾਹਿਬ ਹੁਣ ਸਰਕਾਰ ਆਪਣੀ ਆ ਤੇ ਬੰਦੀ ਸਿੰਘ ਤੇ ਛੱਡ ਦਿਓ ਹੁਣ ਤੁਸੀਂ अगो जवाब मिलता जथेदार जी ये गल ना करया करो तुसी ये बाहर आके अपने वास्ते प्रॉब्लम क्रिएट करनगे ते जदों सरना साहब हुंदे सी दिल्ली कमेटी के प्रधान इन्हां नूं दविंदर पाल सिंह भुल्लर की जिहड़ी माता ते जिहड़ी उन्हां दी पत्नी सीगी उन्हां ने इन्नी गल कही सरना साहब इन्हां नूं पंजाब की जेल शिफ्ट करा दिओ पटियाले ट्रांसफर मिलना सौखा हो जाऊगा कहिंदे कोई गल नहीं बैठो गड्डी च दिल्ली की मुख्यमंत्री को लै जाते वो कहिंदी मैनू कोई तराश नहीं गा पंजाब सरकार अलाउ कर दे कोई गल नहीं वह कहिंदे मैडम चिट्ठी लिखो फिर उस वेले चिट्ठी लिखी जाती तो पंजाब सरकार नूं भेजी जाती है पंजाब की अकाली सरकार नूं अगो जवाब आता वा ये खून खार अत्तवादी है पंजाब की किसी जेल च नहीं रखा जा सकता तो जे अज धामी साहब ने उन्हां दी ये ਕਿਹਾ ਵੀ ਉਹਨਾਂ ਦੀ ਇੱਛਾ ਸੀ ਬੰਦੀ ਸਿੰਘ ਰਿਹਾ ਹੁਣ ਚੰਗੀ ਗੱਲ ਹੋਣੀ ਚਾਹੀਦੀ ਆ ਪਰ ਸ਼ਾਹ ਜੀ ਨੇ ਉਹਦਾ ਕੋਈ ਰਿਸਪੋਂਸ ਦਿੱਤਾ ਨਹੀਂ ਜੇ ਇੰਨਾ ਵੀ ਕਹਿ ਦਿੰਦੇ ਵੀ ਇਹ ਅਸੀਂ ਵਿਚਾਰਾਂਗੇ ਮੁੱਦਾ ਤਾਂ ਵੀ ਕੋਈ ਗੱਲ ਨਹੀਂ ਇਹ ਵੀ ਬੜੀ ਵੱਡੀ ਗੱਲ ਹੋਣੀ ਸੀਗੀ ਅਤੇ ਇੱਕ ਧਾਮੀ ਸਾਹਿਬ ਨੇ ਕਿਹਾ ਸੀ ਤੁਹਾਨੂੰ ਜਾਣ ਲੱਗਿਆ ਕਿ ਮੈਂ ਚਿੱਠੀ ਦੇ ਦੂੰਗਾ ਉਹ ਪੜ੍ਹ ਲਿਓ ਚਿੱਠੀ 'ਚ ਕੀ ਲਿਖਿਆ ਉਹਦੇ ਬਾਰੇ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਚਿੱਠੀ ਦਿੱਤੀ ਗਈ ਨਹੀਂ ਵੀ ਨਹੀਂ ਪਤਾ ਹੈਗਾ ਕਿਉਂ
स्पीच करने तो बाद इमीजिएटली उतरे ने दो चार लीडर मिले ने अगे हो के लीडर अकाली मिलते मेरी हाजिरी लगते मेरी हाजिरी लगते मेरी हाजिरी लगते चले गए उतों के। इस करके प्रधान साहब न इस मौके पर मैं महसूस करता भी ये ना रखते चंगा सीगा लेकिन उन्होंने इंडिविजुअल फैसला जो क्या वा भी जे पार्टी का फैसला हों शायद पहला उन्होंने नोट्स उन्होंने पीए रही उन्होंने किसी इतों के लीडर ही नोट्स लियादे भी आसी मंग रखेंगे तो बारे अपना पहले कोई पक्ष रखते हो जी लेकिन अचनचेत रखी अमित शाह और कोई हुंगारा दिता ये तुम आप ही समझ लो कि किन्ने के सुहिरद हो गए क्योंकि उन्होंने नेता सी सरदार प्रकाश सिंह बादल ना अज की लीडरशिप ना कोई बहुत ही नेता नहीं तो ना उन्हें कोई संकेत दिता ही है तो मेरे वर्गे पत्रकार बह जाते हैं जेडे व्यूज लैन वास्ते भी नहीं जी एकता हो रही है जी चर्चा हो रही है जी फिलहाल हो जी नो कोई एकता नहीं हो रही कोई गल नहीं चल रही पहली गल तो एकता होंगी नहीं क्यों मोदी साहब ने इतों की पार्टी क्या बुला के कि 2024 मैं 13-10 सीटा चाहिए इन्ने लीडर तुम अकालिया चो लै आते इन्ने कांग्रेस लै आते जो होर तुम लिया फिर हो 10 सीटा जित कहते मैं तो जो अश्विनी कुमार को पूछा भी भाई धाना अकालिया का घुला नहीं सकता बिल्कुल नहीं अकालिया का तो असं अपनी पार्टी के साहब नहीं बैठ देंगे असं इस करके वो बारे अजे कोई संकेत नहीं है कि पहली गल तो समझौता होंदा नहीं जे होया तो हुण बीजेपी जी वे भरा कर करेगी छोटा नहीं बनेगी हुण वो वड्डा बन के रोल लवाएगी फिर भावे हो जाए तो जे वो होंगे तो फिर अकाली दल का कोई फायदा नहीं होगा नुकसान होएगा जी। पर भट्टी जी की वाकई अकाली दल नूं इन्नी दरकरार है कि मतलब भाजपा नाल गठबंधन हो जाए क्योंकि तुसीं देखो कि शुरुआत उस दिन हुई जिस तुहानूं भी याद होना है राष्ट्रपति दे चुनाव दे विच अकाली दल भाजपा दे पक्ष च वोट करता है उपराष्ट्रपति दे उधर कर दिंदा है हुण दा तुसीं देखो भी स्टेज तो वार वार एक बुलारा नहीं तीन चार बुलारिया ने इशारे इशारे दे विच ये सब चीज़ां कहीआं क्योंकि अमित शाह जी उत्थे बैठे सी डिसाइडिंग अथॉरिटी उह ने उहनां ने तय करना है ते संगत दे सामने ये सारीआं कुछ चीज़ां धामी जी ने तो कांग्रेस को कह यह भी कह दिता सी भी उन्होंने कहा सी कांग्रेस नाल तो मैं कभी गठबंधन नहीं करना बादल साहब ने उन्होंने कहा सी तो ये कि वाकई बहुत ज्यादा लोड़ है इस टाइम अकाली दल नूं भाजपा दी। पर धामी साहब एक गल भुल गए ये भी कह देंदे कि सरदार प्रकाश सिंह बादल नूं पुछ लो बादल साहब पहली इलेक्शन तुसीं कांग्रेस दे सिंबल ते लड़ी सी कांग्रेस नूं लड़ी सी तुसीं जदों तुहाडा अकाली दल मर्ज हो गया सी उहदे विच कांग्रेस दे विच 1962 तुसीं वक्खरे होने ते मास्टर तारा सिंह नूं गाला कढ़ी हैं दो जट जट दे लीडर सीगे भी भापे तुसीं गंद पाया इत्थे उहनूं ला के ते संत फतेह सिंह नूं प्रधान बनाया सी जिहड़ी आ अकाली दल ना जी अकाली दल इह रवायती पार्टियां वर्गा नहीं हैगा जिहड़ा अकाली दल इहदी वक्खरी अपनी पछाण ये बाकी पार्टी ना लीडर इंजन होंगे अकाली दल का इंजन पंथ जे पंथ ने अगे लग के बेड़ी पार लाती जी लाती जे नहीं तो नहीं जो मर्जी कर लो तुसीं मर्जी लीडर कोई नहीं पुछता उत्थे लेकिन ये जे बाकी पार्टी बेचणगे फिर कामयाब नहीं होणगे। मैं पहला कहता भी पंथ माफी नहीं दिंदा तां पाप कुरबानी लैंदा हुंदा दिंदा भी है लैंदा भी है जे कुरबानी देनी पै जाए जे पंथ बचाउणा अकाली दल बचाउणा तो मैं सोचदा वी सुखबीर सिंह बादल नूं पहलकदमी करनी चाहिए पर वह दिखाई नहीं दे रहा जो बुला रहे उन्होंने भी कुछ नहीं होंदा सीगा इत्थों तक के साडे प्रधान साहब ने भी गल कहती सी भी जिहड़े गुण बादल साहब नहीं सी हैगे सुखबीर सिंह बादल च हैगे ने पर मैं दसदे नहीं बंदा हंकार च आ जांदा जी बिल्कुल गुण किहड़े इह सानूं नहीं पता किहड़े गुण ने इस करके पंथ नूं पहला पछाणना पऊगा ते सिधांत नूं पछाणना पऊगा जे अज भी मुड़ के ये उत्थे पंथ जिहड़ा उसे सिचुएशन च आ जांदा ते पंथ सरकार बणाउंदा रहे अपनी इत्थे कल्ला रहि के सरकार बणाउंदा रहे अपनी इस करके एडी कोई गल नहीं हैगी कि तुहाड़ा बाकी मैं गुजारा नहीं है लेकिन 1996 च पंथ खत्म करता तुसीं अकाली पार्टी बनाती जीत करके संताप भुगण रहे हो जी बिल्कुल आओ तुहानूं सुना भी दिंदे आ कि अमित शाह जी ने की कुछ किया आओ सुन लैंदे देश ने एक देश भक्त खोया है किसानों ने
अपना सच्चा हमदर्द खोया है और ढेर सारे राजनीतिक जीवन के उच्च मानांकों ने मानांकों को सिद्ध करने वाले महापुरुष को खोया है। इतना लंबा सार्वजनिक जीवन, 70 साल का सार्वजनिक जीवन के बाद व्यक्ति चला जाए और पीछे कोई भी दुश्मन न हो, ऐसा अजात शत्रु जैसा जीवन बादल साहब के बिना कोई नहीं जी सकता, ये मेरे मन से मैं मानता हूं। मैं अनेक बार बादल साहब को मिला हूं, जब भी मिला कुछ सीख पाकर गया, जब भी मिला चेतना प्राप्त कर गया। इन्होंने हमेशा सच्चा रास्ता दिखाने का प्रयास किया। दल तो हमारे दो अलग थे, परंतु हमेशा उन्होंने वो ही कहा जो मेरे दल के लिए भी सही था। पर कह सकता हूं, नए पंजाब की नींव डालने का काम श्री प्रकाश सिंह बादल ने किया। सरदार प्रकाश सिंह बादल के जाने के साथ ही भाईचारे का सरदार चला गया। पूरा जीवन हिंदू सिख एकता के लिए पूरा जीवन उन्होंने समर्पित किया। राजनीति में कई विरोध झेलने के बावजूद सबको एकजुट रखने के लिए बादल साहब हमेशा प्रयासशील रहे। अभी सरदार सुखबीर जी बता रहे थे, बादल गांव में मंदिर भी बादल साहब का बनाया हुआ है, मस्जिद भी बादल साहब की बनाई हुई है और गुरुद्वारा भी बादल साहब का बनाया हुआ है। साच अर्थ में ऐसे व्यक्ति को दिया लेकर भी ढूंढेंगे तो देश के राजनीतिक जीवन में, सामाजिक जीवन में कभी भी नहीं मिल पाएगा। 1970 से लेकर आज तक जब भी देश के लिए बिल्कुल देखा कहते कि भाईचारे का सरदार चला गया। जी बट्टी जी, तुम अमित शाह जी भी सुनाते जी। बिल्कुल ठीक है, उन्हें कहा जी भाईचारे का सरदार चला गया। मैं पहला कहा भी पंथ की गल नहीं किसी की, कि पंथ लीडर चला गया। उन्हें समुचे भाईचारे की गल की भी जो मैं मिले उन्होंने कुछ सीख के क्या मैं 70 साल देश भगती लाई है, देश भगत ने सानू। मैं ये गल कहना भी कोई शक वाली गल नहीं, तुहानू पता होगा एक आर्टिकल लिखे अज धूमल साहब सबका मुख्यमंत्री साढ़े है जी हिमाचल के, वो कहते मैं उत्थे मुख्यमंत्री सी, सरदार प्रकाश सिंह बादल पंजाब मुख्यमंत्री सी, ते डैम बन गया। डैम बनने कर काफी पिंड साढ़े हिमाचल के उजड़ गए। उजड़न ना मैं चंबे गया, चंबे एक समागम मेला सी, ते मेले जो शमूलियत की मैनू लोग मिले, मैनू कहते जी असीं तो उजड़ गए हैं, सानू कंपनसेटिंग किया गया। डैम बन गया तो साढ़े घर पिंड उजड़ गए, घर उजड़ गए, सानू कंपनसेटिंग किया गया, नौकरी दिती गई सानू कोई। वो कहते बादल साहब नूं मैं उत्थों फोन किया कि बादल साहब यह प्रॉब्लम आ रही, दसो की करना। तो बादल साहब ने कहा जी असी 150 बंदे नौकरियां कि तुहाडे नूं उस डैम करके जिहड़े उजड़े ने भेजो, तुसीं कोई गल नहीं, असी इहदे तुरंत फैसला लिया उन्होंने। दूसरी गल कहिंदे जी जो सानू सेंटर सरकार ने देते बद्दी दे उच्च कहता भी इंडस्ट्री वध तों वध लाओ, तुसीं इत्थे बड़ी इंडस्ट्री शिफ्ट हो किथे हिमाचल च आ गई, भी वह 20 साल तक कोई टैक्स नहीं सी पैणा, वो रोड बड़ी खराब सी, पंजाब चुके जाने से। तो मैं बादल साहब जाके क्या बादल साहब यह सू प्रॉब्लम आ रही है, तो बादल साहब इमीजिएटली कहता ठीक है जी 22 किलोमीटर सड़क बनाती मिनटों मिनटी नवी। उन्होंने कहता बादल साहब क्विक फैसले लेंदे सी, साढ़े बहुत नेड़े सीगे। वाकई उन्होंने कहता कि मैं जिंदगी भर कांग्रेस का समझौता नहीं करूंगा, मैं इन्होंने लड़ता रहा, मैं इन्होंने भिड़ता रहा। निकल पहली चोण तो भाई कांग्रेस वालों लड़ी सी, चंगी गल होंगी ये गल्ला जिक्र ना करते। अज सदभावना माहौल सीगा, उन्होंने एज ए प्रधान का फर्ज बनता से भी उन्होंने पंथ लीडर दसदा, पंथ लिए कड़े कड़े काम की वह बना उन्होंने, वो किसी नहीं बनाया उत्थे पंथ। बिल्कुल सही कहा जी, बिल्कुल पट्टी जी, तुसी साडे नाल जुड़े ते आपका कीमती समा दिता, बहुत बहुत धन्यवाद साडे नाल जुड़न दे लई। शुक्रिया जी, शुक्रिया। ते सी अज दा नजरिया, कल फिर मिलांगे किसी होर खबर ते नजर लैके नजरिया ब्यौंदा विच। तब तक दो महीने ज़्यादा, सत श्री अकाल।